ਐਸ ਵੇਲੇ ਇਹ ਸਮਾਜ ਜੋ ਚੱਲ ਰਿਹਾ ਵਾ ਨਾ ਇਸ ਟਾਈਮ ਦੇ ਵਿੱਚ ਨਾ ਹਰ ਤੀਸਰੀ ਕੁੜੀ ਜਾਂ ਤੇ ਤਲਾਕਸ਼ੁਦਾ ਵਾ ਜਾਂ ਉਹਦਾ ਤਲਾਕ ਹੋਣ ਵਾਲਾ ਆ ਕੋਟਾ ਚ ਚਲ ਜੋ ਕਚੈਰੀਆਂ ਚ ਚਲ ਜੋ ਉੱਥੇ ਵੀ ਫੁੱਦੂ ਬਣਾ ਰੀਆਂ ਬੰਦਿਆਂ ਨੂੰ ਉੱਥੇ ਵੀ ਖਰਚਿਆਂ ਦੇ ਕੇਸ ਵੇਹ ਲੈਣਗੇ ਵੀ ਆ ਫੁੱਦੂ ਜਾਂ ਬੰਦਾ ਵਾ ਉਹਦੇ ਗੱਲ ਪੈ ਜਾਣਗੀਆਂ ਪੰਜ ਸੱਸ ਮਾੜੀ ਹੈ ਜੀ ਸੋਹਰਾ ਮਾੜਾ ਹੈ ਜੀ ਇਹਨਾਂ ਨੂੰ ਮਾਰਦੇ ਘੁੱਟਦੇ ਹੈ ਜੀ ਉਤੋਂ ਨਾਲ ਉਹ ਜੀਆਂ ਮਾਵਾਂ ਆਣਾਂ ਦੀਆਂ ਜਿਹੜੀਆਂ ਇਹਨਾਂ ਨੂੰ ਸਪੋਰਟ ਕਰਨ ਲੱਗ ਪੈਂਦੀਆਂ ਰੋਮੀ ਦਾ ਸੁਭਾਅ ਬਾਲਾ ਕਰਨ ਹੈ ਹਰ ਦੂਸਰੀ ਤੀਸਰੀ ਕੁੜੀ ਐਸ ਵੇਲੇ ਸਮਾਜ ਦੇ ਵਿੱਚ ਜਾਂ ਤੇ ਉਹ ਆਜੂ ਐ ਜਾਂ ਤੇ ਉਹਦਾ ਤਲਾਕ ਹੋਣ ਵਾਲਾ ਹੁੰਦਾ ਵਾ ਜਾਓ ਵਿਆਹ ਕਰਾ ਕੇ ਬਾਹਰ ਨੂੰ ਚਲ ਜਾਈਗੀ ਉਸ ਤੋਂ ਬਾਅਦ ਉੱਥੇ ਬਾਹਰ ਜਾਏਗੀ ਆਪਣੇ ਨਾਲ ਹੀ ਰੰਗ ਵਿਖਾ ਦੇਗੀ ਕੋਟਾਂ 'ਚ ਚਲ ਜਿਓ ਉੱਥੇ ਵੀ ਝੂਠੇ ਪਰਚੇ ਬੰਦਿਆਂ ਦੇ ਉੱਤੇ ਕੋਈ ਇਹਨਾਂ ਨੂੰ ਐਸ ਵੇਲੇ ਢੋਈ ਨਹੀਂ ਐ ਜਿੱਥੇ ਵੇਖੋ ਉੱਥੇ ਗੰਦ ਪਾਇਆ ਦਾ ਵਾ ਕੋਈ ਕਾਨੂੰਨ ਨਹੀਂ ਇਹਨਾਂ ਦੇ ਖਿਲਾਫ ਹਰ ਪਾਸੇ ਬੰਦਿਆਂ ਨੂੰ ਪਰੇਸ਼ਾਨ ਕੀਤਾ ਦਾ ਵਾ ਤੇ ਹੁਣ ਉਹ ਹੀ ਗੱਲ ਹੈ ਨਾ ਫਿਰ ਕਹਿੰਦੇ ਆ ਨਾ ਜੋ ਕਰੋਗੇ ਜਿੱਦਾਂ ਦਾ ਬੀਜੋਗੇ ਉਹੋ ਜਿਹਾ ਬਾਓਗੇ ਹਨਾ ਤੇ ਹੁਣ ਮਤਲਬ ਅੱਗੇ ਆ ਕੇ ਫਿਰ ਇਹੋ ਕੁਸ਼ੀ ਤਲਾਕ ਹੀ ਹੁੰਦੇ ਹੁੰਦੇ ਇਹੋ ਜੀਆਂ ਦੇ ਜਿਹੜੀਆਂ ਇੱਥੇ ਬੜੀਆਂ ਆਪਣੇ ਆਪ ਚ ਮਾਡਲ ਬਣੀ ਦੀਆਂ ਨਾ ਇਹ ਬਾਅਦ ਚ ਤਲਾਕ ਹੀ ਹੁੰਦਾ ਨਾ ਦਾ ਔਰ ਹੁਣ ਇੱਕ ਨਵਾਂ ਹੀ ਰਿਵਾਜ ਚੱਲਿਆ ਦਾ ਵਾ ਕੁੜੀਆਂ ਵੇਖਣਗੀਆਂ ਵੀ ਬਾਹਰ ਕੌਣ ਗਿਆ ਦਾ ਪਹਿਲਾਂ ਉਹਨੂੰ ਵੇਖਣਗੀਆਂ ਉਹਦੀ ਫੈਮਲੀ ਵੇਖਣਗੀਆਂ ਘਰ ਦੇ ਵਿੱਚ ਕੌਣ ਹੈ ਫਿਰ ਵਿਆਹ ਕਰਾ ਲੈਣਗੀਆਂ ਉਹ ਜਿਹਨਾਂ ਵੀ ਹਾਂ ਬਾਹਰ ਗਿਆ ਦਾ ਉਹ ਬਾਹਰ ਚਲ ਗਿਆ ਹੁੰਦਾ ਵਾ ਇਹਨਾਂ ਨੇ 2 ਕੁ ਮਹੀਨੇ ਬਾਅਦ ਫਿਰ ਬਾਅਦ ਚ ਆਪਣੇ ਮਾਪਿਓ ਜਿਹੜੀਆਂ ਆਪਣੇ ਇਹਨਾਂ ਦੇ ਪਿੱਛੇ ਪੇਕੀ ਨੂੰ ਉਧਰ ਮਾਪਿਓ ਨਾਲ ਬਸ ਫੋਨ ਤੇ ਲੱਗੀਆਂ ਰਹਿਣਗੀਆਂ ਨਾ ਉਹਨਾਂ ਨੂੰ ਸ਼ਰਮ ਆਂਦੀ ਆ ਵੀ ਕੁੜੀ ਦੇ ਮਾਪਿਓ ਨੂੰ ਵੀ ਕੰਮ ਸੇ ਕੰਮ ਜੇ ਵਿਆਹ ਹੋ ਗਿਆ ਹੁਣ ਤੇ ਮਤਲਬ ਖੜਾ ਛੱਡ ਦੋ ਬਾਰ 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 ਰੋਕਾ ਟੋਕੀ ਬਾਰ ਬਾਰ ਵਿੱਚ ਇੰਟਰਫੇਅਰ ਕਰਦੇ ਰਹਿਣਾ ਵਾ ਫਿਰ ਉਸ ਤੋਂ ਬਾਅਦ ਦੇਖਿਆ ਵੀ ਬੰਦਾ ਤੇ ਬਾਹਰ ਰੋਟੀ ਪਕਾਣੇ ਉਹਨਾਂ ਨੂੰ ਆਂਦੀ ਨਹੀਂ ਆ ਸੇਵਾ ਕਰਨ ਦਾ ਤੇ ਭੁੱਲ ਜੋ ਵੀ ਅੱਜ ਕੱਲ ਜਿਹੜੀ ਕੁੜੀ ਐ ਇੰਸਟਾਗ੍ਰਾਮ ਤੇ ਜਿਹੜੀ ਇੱਥੇ ਗੰਦ ਪਾ ਰਹੀ ਐ ਸੋਸ਼ਲ ਮੀਡੀਆ ਤੇ ਜਿਹੜੀ ਸਟਾਰ ਨੇ ਜਿਹੜੀਆਂ ਹਨਾ ਜਿਹੜੀਆਂ ਫੇਮਸ ਸੈਲੀਬ੍ਰਿਟੀਆ ਨੇ ਇਹਨਾਂ ਦਾ ਬੂਥਾ ਹੀ ਚੱਜਦਾ ਵਾ ਇਹਨਾਂ ਨੂੰ ਕੋਈ ਕਹੇ ਨਾ ਵੀ ਇਹ ਫੁਲਕਾ ਹੀ ਲਾਵੇ ਇੱਕ ਫੁਲਕਾ ਤੇ ਬੜੀ ਦੂਰ ਦੀ ਗੱਲ ਐ ਇੱਕ ਰੋਟੀ ਲੈਣੀ ਆਟਾ ਨਹੀਂ ਗੁੰਨੇ ਆਂਦਾ ਤੇ ਕੱਲਾ ਨਾ ਗੋਰਾ ਰੰਗ ਦੇ ਵੀ ਵੇਖ ਕੇ ਨਾ ਮਰ ਜਾ ਕਰੋ ਇਹ ਬਾਅਦ ਚ ਫਿਰ ਬਾਹ ਇਹੋ ਜੀਆਂ ਕੀ ਕਰਦੀਆਂ ਫਿਰ ਆਪਣੇ ਮਾਪਿਆਂ ਨੂੰ ਕਹਿਣ ਗਈਆਂ ਝੂਠੇ ਹੀ ਬਾਜ ਨਜਾਇਜ਼ ਹੀ ਵੀ ਮੈਨੂੰ ਤੇ ਪਤਾ ਵੀ ਬੰਦਾ ਜਿਹੜਾ ਬਾਹਰ ਬੈਠਾ ਦਾ ਵਾ ਐਉ ਮੈਨੂੰ ਫੋਨ ਨਹੀਂ ਕਰਦਾ ਜਾਓ ਕਿਸੇ ਨਾ ਵਿਜੀ ਰਹਿੰਦਾ ਅਛਾ ਰਹਿੰਦੀਆਂ ਆਪ ਬਿਜੀ ਬਾਅਦ ਚ ਝੂਠੇ ਪਰਚੇ ਬਾਅਦ ਚ ਮੁੰਡੇ ਦੇ ਮਾਪਿ ਹੋ ਤੇ ਇਹ ਬੜੀ ਅੱਛੀ ਬਾਤ ਕਹੀ ਯਾਰ ਉਹਨਾਂ ਨੂੰ ਬਾਅਦ ਚ ਨਜਾਇਜ਼ ਹੀ ਫਸਾ ਦੇਣ ਗਿਆ ਉਹ ਤੋਂ ਬਾਅਦ ਵੇਖਿਆ ਹੁਣ ਬੰਦਾ ਦੇ ਬਾਹਰ ਆ ਬੰਦਾ ਦੱਸੋ ਕੀ ਕਰੇ ਜਿਹੜਾ ਬਾਹਰ ਬੈਠਾ ਦਾ ਵਾ ਉਹ ਵਿਚਾਰੇ ਨੂੰ ਨਜਾਇਜ਼ ਹੀ ਉੱਥੇ ਬਾਹਰ ਬੈਠੇ ਟੈਨਸ਼ਨ ਪੈ ਜਾਂਦੀ ਕਿਤੇ ਕੰਮ ਨਹੀਂ ਹੁੰਦਾ ਦਾ ਸੈਟਲ ਉੱਥੇ ਜਾ ਕੇ ਉਹਨੂੰ ਟੈਨਸ਼ਨ ਪੈ ਜਾਂਦੀ ਜਦੋਂ ਫੋਨ ਜਾਂਦਾ ਵੀ ਤੇਰੀ ਤੇ ਘਰ ਦੀ ਨਹੀਂ ਆ ਤੇ ਪਰਚਾ ਕਰਵਾਤਾ ਝੂਠਾਈ ਨਜਾਇਜ਼ ਹੀ ਕੁੱਟ ਮਾਰਦਾ ਐ ਜੀ ਮੈਨੂੰ ਕੁੱਟਦੇ ਮਾਰਦੇ ਆ ਉਹ ਬੰਦਾ ਬਾਹਰ ਬੈਠਾ ਵਿਚਾਰਾ ਟੈਨਸ਼ਨ ਚ ਪਿਆ ਰਹਿੰਦਾ ਵਾ ਇੱਥੇ ਮਤਲਬ ਵੀ ਰਲ ਰਲ ਕੇ ਨਾ ਕੁੜੀ ਦੇ ਮਾ ਪਿਓ ਉਹ ਰਲ ਕੇ ਬਾਅਦ ਚ ਉਹ ਤੇ ਆਪਣੇ ਸੱਸ ਸਹੁਰੇ ਤੇ ਬਾਅਦ ਚ ਪਰਚਾ ਕਰਵਾ ਦੇਣ ਗਿਆ ਝੂਠਾਈ ਦੱਸੋ ਐ ਤੇ ਹਾਲ ਐ ਉਹ ਬਾਅਦ ਚ ਬੰਦਾ ਫਸ ਜਾਂਦਾ ਵੀ ਯਾਰ ਮੈਂ ਨਾ ਤੇ ਉਧਰ ਜੋਗਾ ਨਾ ਆ ਰਿਹਾ ਇੱਧਰ ਜੋਗਾ ਬਾਅਦ ਚ ਡਿਮਾਂਡ ਕਰਨ ਗਿਆ ਜੀ 20 ਲੱਖ ਰੁਪਏ ਦਿਓ ਤੇ ਤਲਾਕ ਦੇ ਦਿੰਦੇ ਆ ਐ ਹਾਲ ਐ ਫਿਰ 20 ਲੱਖ ਰੁਪਏ ਤਾਂ ਛੱਡੋ ਉਹਨੂੰ ਪਤਾ ਥੋੜੇ ਦੇ ਮਿਲਣ ਗਈ ਉਹ ਅਗਲਾ ਜਾਨ ਛਡਾਉਣ ਵਾਸਤੇ ਕਹਿੰਦਾ ਚੱਲ ਚੁੱਕ 10 ਲੱਖ ਇਹੋ ਜੀਆਂ ਧੰਦਾ ਖੋਲਿਆ ਦਾ ਇਹੋ ਜੀਆਂ ਤੇ ਆਹ ਵੇਲੇ ਤੇ ਆ ਤੇ ਧੰਦਾ ਬਣਾਇਆ ਦਾ 10 ਲੱਖ ਆਇਆ ਚੱਲ ਜੋ ਕਹਿੰਦੇ ਸੜੇ ਘਰ ਦੇ ਕੋਲੇ ਸਿੱਦਾ 10 ਲੱਖ ਉਥੋਂ ਆਣਾ ਚੱਲ ਘਰ 'ਚ ਬਾਥਰੂਮ ਨਹੀਂ ਹੁੰਦਾ ਪੈਰਾ ਮਾਰ ਬਹਿਣ ਵਾਲੇ ਬਾਜੀ ਇੰਗਲਿਸ਼ ਸ਼ੀਟ ਲਵਾਣਗੇ ਮਾਂ ਪਿਓ ਨੂੰ ਵੀ ਨਹੀਂ ਸ਼ਰਮ ਆਂਦੀ ਉਥੋਂ ਤਲਾਕ ਕਰਾਇਆ ਉਥੋਂ ਪੈਸਾ ਆਇਆ ਉਥੋਂ ਜਾਨ ਛਡਾਈ ਫਿਰ ਅੱਗੇ ਵੇਖਣਾ ਫਿਰ ਇਹਨਾਂ ਨੇ ਕੁਆਰੀਆਂ ਤੇ ਬਣੀਆਂ ਰਹਿਣਾ ਹੁੰਦਾ ਇਹਨਾਂ ਨੇ ਕਦੀ ਐ ਥੋੜ ਚੂੜਾ ਚਾੜਾ ਥੋੜੀ ਪਾਣਾ ਹੁੰਦਾ ਨਾ ਨੇ ਫਿਰ ਬਾਅਦ ਚ ਵੇਖਣਾ ਵੀ ਕੋਈ ਹੋਰ ਲੋਲ ਬੰਦਾ ਲੱਭਣਾ ਇੰਸਟਾਗ੍ਰਾਮ ਤੋਂ ਵੇਖਣਾ ਵੀ ਕਿਹੜਾ ਬੰਦਾ ਕੋਈ ਸੋਖਾ ਆ ਫਿਰ ਉਹਦੇ ਗੱਲ ਪੈ ਜਾਣਗੀਆਂ ਫਿਰ ਉਹਦੇ ਫਿਰ ਉਹੋ ਹੀ ਸਕੀਮ ਉਹਦੇ ਤੇ ਚਲਾਣੀ ਆ ਜਿਹੜੀ ਪਹਿਲਾਂ ਚੱਲੀ ਫਿਰ ਉੱਥੋਂ 10-15 ਲੱਖ ਰੁਪਏ ਉੱਥੋਂ ਵੀ ਕਢਾਣਾ ਵਾ ਇਹ ਕਰਦੇ ਕਰਦੇ ਕੋਈ ਕਰੋੜਾਂ ਰੁਪਏ ਦੇਣਾ ਨਾ ਇਕੱਠਾ ਕਰ ਲੇਦਾ ਸਲੂਟ ਐ ਹੋਜਾ ਮਾਪਿਓ ਨੂੰ ਕੀ ਇਹੋ ਜੀਆਂ ਕੁੜੀਆਂ ਦਾ ਮਾਪਿਓ ਜਿਹੜੇ ਸਾਥ ਦਿੰਦੇ ਆ ਲੱਖ ਲਾਣਤ ਇਹੋ ਜੀ ਧੀ ਜੰਮੀ ਤੁਸੀਂ ਲੱਖ ਲਾਣਤ ਉਹ ਕੋਈ ਸ਼ਰਮ ਕਰੋ ਆਪਣੀ ਧੀ ਦੀ ਇਹੋ ਜੀ ਕਮਾਈ ਖਾ ਰੀਆਂ ਜੇ ਇਹੋ ਜੀ ਕਮਾਈ ਆਪਣੀ ਧੀ ਦੀ ਕਮਾਈ ਜਿਹੜੀ ਖਾ ਰੀਆਂ ਜੇ ਲੋਕਾਂ ਕੋਲ ਵਿਚਾਰਿਆਂ ਨੂੰ ਤੰਗ ਪਰੇਸ਼ਾਨ ਕਰਕੇ ਝੂਠੇ ਪਰਚੇ ਪਵਾ ਕੇ ਤੁਸੀਂ ਉਹਨਾਂ ਨੂੰ ਮਤਲਬ ਪੈਸੇ ਦੀ ਡਿਮਾਂਡ ਕਰਕੇ ਬਾਜੂ ਪੈਸਾ ਕਢਾ ਕੇ ਆਪਣੇ ਕੋਠੇ ਬੰਗਲੇ ਬਣਾ ਰਹੇ ਹੋ ਜੇ ਗੱਡੀਆਂ ਚ ਘੁੰਮ ਰਹੇ ਹੋ ਲੱਖ ਲਾਨਤ ਪੈ ਕੀ ਬਣੇਗਾ ਤੁਹਾਡਾ ਇਹ ਹਾਲ ਹੈ ਤੇ ਮੈਂ ਇਹੋ ਹੀ ਮੈਸੇਜ ਦੇਣਾ ਚਾਹਨਾ ਆ ਜਿਹੜੇ ਮੁੰਡੇ ਬਾਹਰ ਜਾਂ ਬਾਹਰ ਬੈਠੇ ਦੇ ਆ ਜਾਂ ਬਾਹਰ ਜਾ ਰਹੇ ਆ ਭਰਾ ਐਵੇਂ ਨਾ ਕਿਤੇ ਦੇਖ ਸੁਣ ਕੇ ਰਿਸ਼ਤਾ ਕਰਾਇਆ ਕਰੋ ਐਵੇਂ ਹੀ ਮਤਲਬ ਹੀ ਵੇਖਦੇ ਹੋ ਵੀ ਕੁੜੀ ਬੜੀ ਸੋਹਣੀ ਐ ਤੇ ਬਾਜੂ ਰਿਸ਼ਤਾ ਕਰਵਾ ਲੈਂਦੇ ਹੋ ਵੀ ਚੱਲ ਠੀਕ ਆ ਮੈਂ ਤੇ ਬਾਹਰ ਐ ਤੇ ਆਪਣੇ ਘਰ ਰਹੇਗੀ ਤੁਸੀਂ ਬਾਹਰ ਬੈਠੇ ਹੁੰਦੇ ਹੋ ਪਿੱਛੋਂ ਭੈਣ ਚ ਪਤਾ ਨਹੀਂ ਕਿੱਥੇ ਹੋਏ ਹੋ ਚ ਘੁੰਮ ਰਹੀ ਐ ਕਿ ਕਿਹੜੇ ਹੋਟਲ ਚ ਜਾ ਰਹੀ ਐ ਕਿਤੇ ਇੰਜੋਏਮੈਂਟ ਕਰ ਰਹੀ ਐ ਤੁਹਾਡੇ ਪੈਸੇ ਨਾਲ ਇੱਥੇ ਇੰਜੋਏ ਚੱਲਣ ਦੇ ਹੁੰਦੇ ਆ ਗੱਤ ਸਹੀ ਐ ਤੇ ਸੋ ਸਮੇਂ ਕੇ ਰਿਸ਼ਤਾ ਕਰਵਾਇਆ ਕਰੋ ਅੱਜ ਕੱਲ ਬੁਰਾ ਹਾਲ ਆ ਕੁੜੀਆਂ ਦਾ ਤੇ ਬੇੜਾ ਹੀ ਘਰ ਕਾ ਕੋਈ ਬਸ ਤੁਹਾਡੇ ਅੱਗੇ ਬੇਨਤੀ ਹੱਥ ਜੋੜ ਕੇ ਵੀ ਆਪਣੇ ਮਾਪਿਆਂ ਨੂੰ ਇਹਨਾਂ ਕੁੜੀਆਂ ਨੇ ਸੁੱਖ ਕੀ ਦੇਣਾ ਵਾ ਜਿਹੜਾ ਇਹਨਾਂ ਨੇ ਹਾਲ ਕਰਨਾ ਵਾ ਥਾਣੇ ਕਚਹਿਰੀਆਂ ਦੇ ਵਿੱਚ ਜਿਹੜਾ ਮਤਲਬ ਵੀ ਸੋਚਿਆ ਹੀ ਨਹੀਂ ਹੁੰਦਾ ਜ਼ਿੰਦਗੀ 'ਚ ਮਾਪਿਓ ਨੇ ਕਦੀ ਜ਼ਿੰਦਗੀ 'ਚ ਇਹੋ ਜਿਹਾ ਕੰਮ ਕਦੀ ਸੁਣਿਆ ਵੀ ਨਹੀਂ ਹੁੰਦਾ ਤੇ ਬਾਅਦ 'ਚ ਥਾਣੇ ਕਚਹਿਰੀਆਂ 'ਚ ਇਹੋ ਜੀਆਂ ਜਿਹੜੀਆਂ ਇੰਸਟਾਗ੍ਰਾਮ ਵਾਲੀਆਂ ਨਾ ਬਾਅਦ 'ਚ ਤੜੁੰਦੀਆਂ ਹੁੰਦੀਆਂ ਝੂਠੇ ਕੇਸਾਂ 'ਚ ਤੇ ਪਲੀਜ਼ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਜਿਹੜੀਆਂ ਨਜਾਇਜ਼ ਜੀ ਝੂਠੇ ਪਰਚੇ ਕਰਵਾਂਦੀਆਂ ਮੁੰਡਿਆਂ ਤੇ ਕਦੀ ਦਾਜ ਦਾ ਪਰਚਾ ਕਦੀ ਕੁੱਟ ਮਾਰ ਦਾ ਪਰਚਾ ਹੈ ਉਸ ਤੋਂ ਬਾਅਦ ਮਾਤੋ ਲੱਗ ਪੈਂਦੀ ਹੈ ਜੀ ਮੈਨੂੰ ਖਰਚਾ ਨਹੀਂ ਦਿੰਦਾ ਜੀ ਉਸ ਤੋਂ ਬਾਅਦ ਕਹਿਣਗੀ ਜੀ ਹੁਣ ਮੈਂ ਤਲਾਕ ਤੇ ਤਾਂ ਦਵਾਂਗੀ ਜੇ 15 ਤੋਂ 20 ਲੱਖ ਰੁਪਏ ਲੈਣਾ ਜੀ ਫੇਰ ਮੈਂ ਤਲਾਕ ਕਹ ਹੈ ਕੀ ਮਤਲਬ ਹੋਇਆ ਬਈ ਇਹ ਕੀ ਮਤਲਬ ਹੋਇਆ ਮੈਨੂੰ ਤੇ ਇਹਦੀ ਸਮਝ ਨਹੀਂ ਆਈ ਅਜ ਤੱਕ ਤੇ ਨਾ ਹੀ ਇਹੋ ਜਿਹਾ ਕੋਈ ਕਾਨੂੰਨ ਬਣ ਰਿਹਾ ਤੇ ਕੋਈ ਨਹੀਂ ਕਿੰਨਾ ਚਿਰ ਚੱਲ ਜੇਗਾ ਖੇਡ ਹੈ ਜਿਹੜਾ ਇਹ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਮਾੜਾ ਹੀ ਹਾਲ ਹੋਣਾ ਤੇ ਹੁਣ ਤੇ ਵੈਸੇ ਲਗਭਗ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵਾ ਕਿ ਇਹ ਕਿਦੇ ਕਿਦਾ ਕਸੂਰ ਹੈ ਇਹਦੇ ਪਿਛੇ ਕੀ ਗੇਮ ਹੈ ਕਿਉਂਕਿ 90% ਤੇ ਜਿਹੜੀਆਂ ਕੋਟਾਂ ਕਚੈਰੀਆਂ ਦੇ ਵਿੱਚ ਝੂਠੇ ਪਰਚੇ ਖਰਚੇ ਦੇ ਕੇਸ ਤਲਾਕ ਇਹ ਸਾਰੇ ਝੂਠੇ ਨਜਾਇਜ਼ ਕੋਟ ਮਾਰਦੇ ਪਰਚੇ ਬੈਠੀਆਂ ਰਹਿਣ ਗਿਆ ਥੇ ਮੰਗਤੀਆਂ ਬਣ ਕੇ ਕੋਟਾਂ ਦੇ ਵਿੱਚ ਗਰੀਬਣੀਆਂ ਬਣ ਕੇ ਉਦਾਂ ਚੰਗੀਆਂ ਭਲੀਆਂ ਤੇ ਜਦੋਂ ਕੋਰਟ ਤੇ ਤਰੀਕ ਹੁੰਦੀ ਹੈ ਤੇ ਆ ਜਾਣਗੀਆਂ ਮਾਜ ਗਰੀਬਣੀਆਂ ਜੀਆਂ ਬਣ ਕੇ ਹੈ ਬੁੱਦਲੀਆਂ ਬਣ ਕੇ ਆ ਜਾਣਗੀਆਂ ਜੁੱਤੀ ਪਾ ਕੇ ਆ ਜਾਣਗੀਆਂ ਤੇ ਮੈਂ ਤਾਂ ਗਰੀਬ ਹੀ ਬੜੀਆਂ ਤੇ ਫਿਰ ਔਕਾਤ ਐਣਾ ਦੀ ਕੀ ਐ ਆ ਜਿਹੜੀਆਂ ਇਹੋ ਜੀਆਂ ਕੋਟਾਂ ਦੇ ਵਿੱਚ ਔਕਾਤ ਕੀ ਆ ਜਿਹੜੇ ਬੰਦੇ ਨੂੰ ਮਾੜਾ ਕਹਿਣਾ ਉਦੋਂ ਹੀ ਪੈਸੇ ਤੇ ਜੀ ਰਹੀਆਂ ਉਦੋਂ ਹੀ ਟੁਕਰੇ ਤੇ ਪਲਦੀਆਂ ਤੇ ਉਹਨੂੰ ਹੀ ਮਾੜਾ ਕਹਿ ਰਹੀਆਂ ਤੇ ਆ ਜਾਣਗੀਆਂ ਬਾਤੋਂ ਮੰਗਤੀਆਂ ਬਣ ਕੇ ਬੇ ਸਾਨੂੰ ਖਰਚਾ ਲੱਖ ਲਾਣਤ ਐ ਯਾਰ ਲੱਖ ਦੀ ਲਾਣਤ ਐ ਜੇ ਇੰਨੀ ਅਣਖ ਐ ਇੰਨੀ ਆਕੜ ਐ ਤੇ ਆਪਣੇ ਬਲਬੂਤੇ ਤੇ ਜੀਓ ਆਪਣੇ ਮਤਲਬ ਆਪਣੀ ਹਿੰਮਤ ਤੇ ਜਿਉ ਆਪਣੀ ਜ਼ਿੰਦਗੀ ਬੱਚੇ ਤੁਸੀਂ ਲੈ ਜਾਂਦੀਆਂ ਜੇ ਹੈ ਬਾਅਦ ਚ ਬੱਚੇ ਨੂੰ ਵੀ ਆਪਣੇ ਪਿੱਛੇ ਲਾਇਆ ਹੁੰਦਾ ਉਹ ਜਿਹੋ ਜੀ ਆਪ ਮਾਂ ਆ ਜਿਹੋ ਜੀ ਕੋਕੋ ਆ ਉਹੋ ਜੇ ਬੱਚੇ ਨੇ ਵੀ ਉਹੋ ਹੀ ਕੰਮ ਕਰਨੇ ਉਹਨੂੰ ਵੀ ਬਾਅਦ ਚ ਉਹੋ ਜੀਆਂ ਪਟੀਆਂ ਪੜਾਣ ਲੱਗ ਪੈਂਦੀਆਂ ਬਾਅਦ ਜੋ ਆਪਣੇ ਬੱਚਿਆਂ ਨੂੰ ਪਿੱਛੇ ਲਾਇਆ ਹੁੰਦਾ ਆਪਣੀਆਂ ਧੀਆਂ ਨੂੰ ਪਿੱਛੇ ਲਾਇਆ ਹੁੰਦਾ ਜਿਹੋ ਜੀ ਆਪ ਕਰਤੂਤਾ ਕਰਨੀਆਂ ਹੋਏ ਅੱਗੇ ਬੱਚਿਆਂ ਨੇ ਕਰਨੀਆਂ ਕੋਈ ਸ਼ਰਮ ਕਰੋ ਉਸ ਰੱਬ ਤੋਂ ਡਰੋ ਜੇ ਤੁਸੀਂ ਆਪਣੀ ਇੰਨੀ ਅਣਖ ਦੀ ਮਾਲਕ ਹੁੰਦੀਆਂ ਜੇ ਤੇ ਫਿਰ ਆਪਣੇ ਸਿਰ ਤੇ ਜੀਆ ਕਰੋ ਆਪਣੀ ਜ਼ਿੰਦਗੀ ਆਪ ਜੀ ਕੇ ਦੱਸੋ ਫਿਰ ਕਾਨੂੰ ਮੈਂ ਡਿਮਾਂਡ ਕਰਦੀਆਂ ਜੇ ਮੈਨੂੰ 100 ਲੱਖ ਦੇਓ ਤੇ ਮੈਨੂੰ 15 ਲੱਖ ਦੇਓ ਲੱਖ ਲਾਣਤ ਆ ਯਾਰ ਤੁਹਾਨੂੰ ਵੀ ਰੱਬ ਨੇ ਪੈ ਹੱਥ ਪੈਰ ਦਿੱਤੇ ਆ ਤੁਸੀਂ ਕੰਮ ਕਰਦੀਆਂ ਜੇ ਜਦੋਂ ਚੰਗੇ ਭਲੇ ਉਦਾਂ ਤੁਹਾਨੂੰ ਸਾਰੇ ਕੰਮ ਆਂਦੇ ਆ ਜਦੋਂ ਕੋਟਚਾਣਾ ਤੇ ਉਦੋਂ ਤੁਸੀਂ ਗਰੀਬੀਆਂ ਬਣ ਕੇ ਲੰਗੜੀਆਂ ਬਣ ਕੇ ਆ ਜਾਂਦੀਆਂ ਜੇ ਪਾਟੇ ਕਪੜੇ ਪਾ ਕੇ ਆ ਜਾਂਦੀਆਂ ਜੇ ਲੱਖ ਦੀ ਲਾਣਤ ਆ ਯਾਰ ਇਹੋ ਜੀ ਜ਼ਿੰਦਗੀ ਤੇ ਆ ਥੂਹ ਆ ਤੇ ਵੀਡੀਓ ਚੰਗੀ ਲੱਗੇਗੀ ਲਾਈਕ ਸ਼ੇਅਰ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ ਮਿਲਦੇ ਆ ਕਿ ਨਵੀਂ ਵੀਡੀਓ ਨਾਲ ਤਦ ਤੱਕ ਲਈ ਮਸ਼ੀਚੋਲ ਗੈਂਗ ਮਸ਼ੀਚੋਲ